ਚਾਰ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਸ ਬਦਲੇ ਨੇ। ਕੁਲਵੰਤ ਸਿੰਘ ਮਾਨਸਾ ਦੇ ਨਵੇਂ ਡੀਸੀ ਹੋਣਗੇ। ਵਿਸ਼ੇਸ਼ ਸਰੰਗਲ ਦੀ ਅਸੀਂ ਗੱਲ ਕੀਤੀ, ਵਿਸ਼ੇਸ਼ ਸਰੰਗਲ ਮੋਗਾ ਦੇ ਨਵੇਂ ਡਿਪਟੀ ਕਮਿਸ਼ਨਰ ਨਿਯੁਕਤ ਕੀਤੇ ਗਏ ਨੇ। ਉਮਾ ਸ਼ੰਕਰ ਗੁਪਤਾ ਗੁਰਦਾਸਪੁਰ ਦੇ ਨਵੇਂ ਡੀਸੀ ਨਿਯੁਕਤ ਕੀਤੇ ਗਏ ਨੇ ਤੇ ਰਾਜੇਸ਼ ਤ੍ਰਿਪਾਠੀ ਮੁਕਤਸਰ ਸਾਹਿਬ ਦੇ ਨਵੇਂ ਡਿਪਟੀ ਕਮਿਸ਼ਨਰ ਜੋ ਨੇ ਉਹ ਨਿਯੁਕਤ ਕੀਤੇ ਗਏ ਤੇ ਵੱਡਾ ਪ੍ਰਸ਼ਾਸਨਿਕ ਐਡਮਿਨਿਸਟ੍ਰੇਟਿਵ ਫੇਰਬਦਲ ਜੋ ਹੈ ਪੰਜਾਬ ਸਰਕਾਰ ਦੇ ਵੱਲੋਂ ਕੀਤਾ ਗਿਆ ਹੈ। ਚਾਰ ਵੱਖ ਵੱਖ ਜ਼ਿਲ੍ਹੇ ਨੇ ਜਿਨ੍ਹਾਂ ਦੇ ਨਵੇਂ ਡਿਪਟੀ ਕਮਿਸ਼ਨਰ ਨਿਯੁਕਤ ਕੀਤੇ ਗਏ ਨੇ। ਪੰਜਾਬ ਸਰਕਾਰ ਨੇ ਚਾਰ ਜ਼ਿਲ੍ਹਿਆਂ ਦੇ ਨਵੇਂ ਡਿਪਟੀ ਕਮਿਸ਼ਨਰ ਲਗਾਏ ਨੇ। ਚਾਰ ਡਿਪਟੀ ਕਮਿਸ਼ਨਰ ਦੇ ਬਦਲੇ ਕੀਤੇ ਗਏ ਨੇ, ਫੇਰਬਦਲ ਕੀਤਾ ਗਿਆ ਹੈ। ਕੁਲਵੰਤ ਸਿੰਘ ਮਾਨਸਾ ਜੋ ਨੇ ਨਵੇਂ ਡਿਪਟੀ ਕਮਿਸ਼ਨਰ ਹੋਣਗੇ। ਮਾਨਸਾ ਦੇ ਵਿਸ਼ੇਸ਼ ਸਾਰੰਗਲ ਮੋਗਾ ਦੇ ਨਵੇਂ ਡਿਪਟੀ ਕਮਿਸ਼ਨਰ ਨਿਯੁਕਤ ਕੀਤੇ ਗਏ ਨੇ ਤੇ ਉਮਾ ਸ਼ੰਕਰ ਗੁਪਤਾ ਗੁਰਦਾਸਪੁਰ ਦੇ ਨਵੇਂ ਡੀਸੀ ਨਿਯੁਕਤ ਕੀਤੇ ਗਏ ਨੇ। ਰਾਜੇਸ਼ ਤ੍ਰਿਪਾਠੀ ਮੁਕਤਸਰ ਸਾਹਿਬ ਦੇ ਨਵੇਂ ਡੀਸੀ ਨਿਯੁਕਤ ਕੀਤੇ ਗਏ ਨੇ ਤੇ ਵੱਡਾ ਪ੍ਰਸ਼ਾਸਨਿਕ ਫੇਰਬਦਲ ਅਸੀਂ ਕਹਿ ਸਕਦੇ ਕਿ ਪੰਜਾਬ ਸਰਕਾਰ ਦੇ ਵੱਲੋਂ ਕੀਤਾ ਗਿਆ ਹੈ। ਦੱਸ ਕੇ ਸ਼੍ਰੀ ਕੁਲਵੰਤ ਸਿੰਘ IAS ਡਿਪਟੀ ਕਮਿਸ਼ਨਰ ਮੋਗਾ ਦੇ ਨਿਯੁਕਤ ਕੀਤੇ ਗਏ ਨੇ। ਪਹਿਲਾਂ ਦੱਸ ਦਈਏ ਕਿ ਇਨ ਐਡੀਸ਼ਨ ਕਮਿਸ਼ਨ ਮਿਊਨਿਸਪਲ ਕਾਰਪੋਰੇਸ਼ਨ ਮੋਗਾ ਦੇ ਨਿਯੁਕਤ ਕੀਤੇ ਗਏ ਨੇ। ਵਿਨੇਸ਼ ਸਾਰੰਗਲ ਨੂੰ, ਵਿਸ਼ੇਸ਼ ਸਾਰੰਗਲ ਨੂੰ IAS ਡਿਪਟੀ ਕਮਿਸ਼ਨਰ ਗੁਰਦਾਸਪੁਰ ਨਿਯੁਕਤ ਕੀਤਾ ਗਿਆ ਹੈ। ਸ਼੍ਰੀ ਉਮਾ ਸ਼ੰਕਰ ਗੁਪਤਾ ਨੂੰ IAS ਡਾਇਰੈਕਟਰ ਲੋਕਲ ਗਵਰਨਮੈਂਟ ਨਿਯੁਕਤ ਕੀਤਾ ਗਿਆ ਹੈ। ਮੇਰੇ ਨਾਲ ਮੇਰੇ ਸਹਿਯੋਗੀ ਵਿਨੇਸ਼ ਫੋਨ ਲਾਈਨ ਤੇ ਜੁੜੇ ਹੋਏ ਨੇ। ਵਿਨੇਸ਼, ਵੱਡਾ ਪ੍ਰਸ਼ਾਸਨਿਕ ਫੇਰਬਦਲ ਕੀ ਕੁਝ ਵਜ੍ਹਾ? ਦੇਖੋ ਸਰਬਜੋਤ, ਜਿਹੜਾ ਜਿਵੇਂ ਪਿਛਲੇ ਕੁਝ ਦਿਨਾਂ ਆਪਾਂ ਦੇਖੀ ਪੁਲਿਸ ਡਿਪਾਰਟਮੈਂਟ ਵਿੱਚ ਟ੍ਰਾਂਸਫਰ ਹੋਏ ਸੀ, ਕਾਫੀ ਜਿਹੜੇ ਦੇ ਅਧਿਕਾਰੀ ਬਦਲੇ ਗਏ ਤੇ IGA ਡਾਇਰੈਕਟਰ ਵੀ ਬਦਲ ਗਏ ਸੀ, ਉਹ ਜਿਹੜਾ ਪ੍ਰਸ਼ਾਸਨਿਕ ਫੇਰਬਦਲ ਜ਼ਿਕਰ ਕਰ ਰਹੇ ਸੀ। ਵਿਨੇਸ਼, ਤੁਹਾਡੀ ਆਵਾਜ਼ ਕਲੀਅਰ ਨਹੀਂ ਆ ਪਾ ਰਹੀ। ਜੀ ਜੀ ਸਰ, ਤੁਸੀਂ ਮੈਨੂੰ ਸੁਣ ਪਾ ਰਹੇ ਹੋ? ਜੀ 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 ਸਰ, ਲੋਕ ਸਭਾ ਇਲੈਕਸ਼ਨਾਂ ਹੋਈਆਂ। ਵਿਨੇਸ਼, ਤੁਹਾਡੀ ਆਵਾਜ਼ ਕਲੀਅਰ ਨਹੀਂ ਆ ਪਾ ਰਹੀ ਹੈ। ਮੁੜ ਤੋਂ ਆਪਣੇ ਸਹਿਯੋਗੀ ਵਿਨੇਸ਼ ਦਾ ਰੁਖ ਕਰਾਂਗੀ। ਦੱਸ ਕੇ ਪੰਜਾਬ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ ਕੀਤਾ ਕਿ ਪੰਜਾਬ ਸਰਕਾਰ ਨੇ ਚਾਰ ਜ਼ਿਲ੍ਹਿਆਂ ਦੇ ਨਵੇਂ ਜੋ ਡਿਪਟੀ ਕਮਿਸ਼ਨਰਸ ਨਿਯੁਕਤ ਕੀਤੇ ਗਏ ਨੇ। ਚਾਰ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਸ ਬਦਲੇ ਗਏ ਨੇ। ਇਹਨਾਂ 'ਚੋਂ ਕੁਲਵੰਤ ਸਿੰਘ ਮਾਨਸਾ ਦੇ ਨਵੇਂ ਡਿਪਟੀ ਕਮਿਸ਼ਨਰ ਹੋਣਗੇ। ਵਿਸ਼ੇਸ਼ ਸਾਰੰਗਲ ਮੋਗਾ ਦੇ ਨਵੇਂ ਡੀਸੀ ਨਿਯੁਕਤ ਕੀਤੇ ਗਏ ਨੇ। ਉਮਾ ਸ਼ੰਕਰ ਗੁਪਤਾ ਗੁਰਦਾਸਪੁਰ ਦੇ ਨਵੇਂ ਡੀਸੀ ਨਿਯੁਕਤ ਕੀਤੇ ਗਏ ਨੇ। ਰਾਜੇਸ਼ ਤ੍ਰਿਪਾਠੀ ਮੁਕਤਸਰ ਸਾਹਿਬ ਦੇ ਨਵੇਂ ਡੀਸੀ ਨਿਯੁਕਤ ਕੀਤੇ ਗਏ ਨੇ। ਹਾਲ ਹੀ 'ਚ ਅਸੀਂ ਗੱਲ ਕਰਦੇ, ਕੁਝ ਦਿਨਾਂ ਪਹਿਲਾਂ ਵੀ ਤਮਾਮ ਜ਼ਿਲ੍ਹਿਆਂ ਦੇ SSPs ਨੂੰ ਵੀ ਬਦਲਿਆ ਗਿਆ ਸੀਗਾ। ਉਸ ਟਾਈਮ ਵੀ ਵੱਡਾ ਫੇਰਬਦਲ ਕੀਤਾ ਸੀ ਤੇ ਇੱਕ ਵਾਰ ਫਿਰ ਤੋਂ ਚਾਰ ਜ਼ਿਲ੍ਹਿਆਂ ਦੇ ਨਵੇਂ ਡਿਪਟੀ ਕਮਿਸ਼ਨਰਸ ਜੋ ਨੇ ਉਹ ਲਗਾਏ ਗਏ ਨੇ। ਹਾਲਾਂਕਿ ਆ ਜੋ ਹੈ ਮੁੱਢਲੀ ਜਾਣਕਾਰੀ ਸਾਹਮਣੇ ਹੈ ਕਿ ਕੁਝ ਵਜ੍ਹਾ ਰਹੀ ਹੈ। ਆ ਅਸੀਂ ਪਤਾ ਲਗਾਉਣ ਦੀ ਕੋਸ਼ਿਸ਼ ਕਰਾਂਗੇ ਕਿ ਕਿੰਨਾ ਵਜ੍ਹਾ ਕਰਕੇ ਨਵੇਂ ਡਿਪਟੀ ਕਮਿਸ਼ਨਰਸ ਦੀ ਨਿਯੁਕਤੀ ਇਹਨਾਂ ਤਮਾਮ ਜ਼ਿਲ੍ਹਿਆਂ 'ਚ ਕੀਤੀ ਗਈ ਹੈ। ਜੇ ਅਸੀਂ ਗੱਲ ਕਰੀਏ ਸ਼੍ਰੀ ਕੁਲਵੰਤ ਸਿੰਘ ਦੀ, IAS ਡਿਪਟੀ ਕਮਿਸ਼ਨਰ ਮੋਗਾ, ਇਨ ਐਡੀਸ਼ਨ ਉਹਨਾਂ ਨੂੰ ਚਾਰਜ ਮਿਲਿਆ ਹੈ ਮਿਊਨਿਸਪਲ ਕਾਰਪੋਰੇਸ਼ਨ ਮੋਗਾ ਦਾ। ਦੂਸਰਾ ਵੱਡਾ ਫੇਰਬਦਲ ਕੀਤਾ ਗਿਆ, ਸ਼੍ਰੀ ਵਿਸ਼ੇਸ਼ ਸਾਰੰਗਲ IAS ਜੋ ਨੇ 2013 ਕੇਡਰ ਦੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਨਿਯੁਕਤ ਕੀਤੇ ਗਏ ਨੇ। ਸ਼੍ਰੀ ਉਮਾ ਸ਼ੰਕਰ ਗੁਪਤਾ IAS 2015 ਕੇਡਰ ਦੇ, ਉਹਨਾਂ ਨੂੰ ਡਾਇਰੈਕਟਰ ਲੋਕਲ ਗਵਰਨਮੈਂਟ ਨਿਯੁਕਤ ਕੀਤਾ ਗਿਆ। ਮੇਰਾ ਮੇਰੇ ਸਹਿਯੋਗੀ ਵਿਨੇਸ਼ ਦੁਬਾਰਾ ਤੋਂ ਜੁੜ ਚੁੱਕੇ ਨੇ। ਵਿਨੇਸ਼, ਕੀ ਕੁਝ ਵਜ੍ਹਾ ਰਹੀ ਵੱਡਾ ਫੇਰਬਦਲ? ਹਾਂ ਸਰਬਜੋਤ, ਮੈਂ ਕਹਿ ਰਿਹਾ ਸੀਗਾ ਕਿ ਜਿਸ ਤਰੀਕੇ ਨਾਲ ਪਿਛਲੇ ਦਿਨਾਂ ਵਿੱਚ ਆਪਾਂ ਦੇਖਿਆ ਕਿ ਪੁਲਿਸ ਟ੍ਰਾਂਸਫਰ ਹੋਈਆਂ ਸੀਗੀਆਂ ਤੇ ਉਸ ਤੋਂ ਪਹਿਲਾਂ ਜਿਹੜਾ ਲੋਕ ਸਭਾ ਇਲੈਕਸ਼ਨ ਹੋਏ ਤੇ ਲਗਭਗ 2-3 ਮਹੀਨੇ ਦਾ ਕੋਡ ਆਫ ਕੰਡਕਟ ਸੀ। ਫਿਰ ਜਲੰਧਰ ਬਾਈ ਇਲੈਕਸ਼ਨ ਹੋਏ, ਫਿਰ ਲਗਭਗ ਮਹੀਨੇ ਦਾ ਕੋਡ ਆਫ ਕੰਡਕਟ ਰਿਹਾ ਤੇ ਉਸ ਦੌਰਾਨ ਜਿਹੜੇ ਪ੍ਰਸ਼ਾਸਨਿਕ ਫੇਰਬਦਲ ਜਿਹੜੇ ਹੋਣੇ ਹੁੰਦੇ ਆ ਉਹ ਕਾਫੀ ਟਾਈਮ ਤੋਂ ਪੈਂਡਿੰਗ ਚੱਲ ਰਹੇ ਸੀਗੇ ਤੇ ਪੁਲਿਸ ਪ੍ਰਸ਼ਾਸਨ ਪੁਲਿਸ ਵਿੱਚ ਤਾਂ ਜਿਹੜੇ ਹੈ ਫੇਰਬਦਲ ਹੋ ਗਏ ਸੀਗੇ, ਪਰ ਜੇ ਪ੍ਰਸ਼ਾਸਨ ਲੈਵਲ ਤੇ ਜਾਂ ਡੀਸੀ ਪੱਧਰ ਤੇ ਗੱਲ ਕਰੀਏ ਤਾਂ ਉਹ ਕਾਫੀ ਟਾਈਮ ਤੋਂ ਪੈਂਡਿੰਗ ਸੀਗੇ ਤੇ ਇਸੇ ਦੇ ਮੱਦੇਨਜ਼ਰ ਐਕਸਪੈਕਟ ਕੀਤਾ ਜਾ ਰਿਹਾ ਸੀਗਾ ਕਿ ਕਦੇ ਵੀ ਇਹ
ਫੇਰ ਬਦਲ ਹੋ ਸਕਦੇ ਆ। ਤੇ ਫਿਲਹਾਲ ਦੀ ਜੇ ਗੱਲ ਕਰੀਏ ਤਾਂ ਸਿਰਫ 4 ਡੀਸੀਜ਼ ਆ ਜਿਹੜੇ ਪੰਜਾਬ ਦੇ 4 ਜ਼ਿਲ੍ਹੇ ਆ ਉਹਨਾਂ ਨੂੰ ਨਵੇਂ ਡੀਸੀ ਮਿਲੇ ਆ। ਜੇ ਗੱਲ ਕਰੀਏ ਤਾਂ ਕੁਲਵੰਤ ਸਿੰਘ ਨੂੰ ਡੀਸੀ ਮਾਨਸਾ ਲਗਾਇਆ ਗਿਆ, ਵਿਸ਼ੇਸ਼ ਸਾਰੰਗਲ ਨੂੰ ਡੀਸੀ ਮੋਗਾ, ਉਮਾ ਸ਼ੰਕਰ ਨੂੰ ਡੀਸੀ ਗੁਰਦਾਸਪੁਰ ਤੇ ਰਾਜੇਸ਼ ਤ੍ਰਿਪਾਠੀ ਨੂੰ ਡੀਸੀ ਮੁਕਤਸਰ ਲਾਇਆ ਗਿਆ। ਤੇ ਇਹ 4 ਜ਼ਿਲ੍ਹੇ ਆ ਜਿਹਨਾਂ ਨੂੰ ਫਿਲਹਾਲ ਨਵੇਂ ਡੀਸੀ ਮਿਲੀ ਹੈ। ਉਸ ਤੋਂ ਇਲਾਵਾ ਹੋਰ ਕੋਈ ਮੇਜਰ ਫੇਰਬਦਲ ਨਹੀਂ ਹੋਇਆ, ਪਰ ਹਾਂ 4 ਜ਼ਿਲ੍ਹਿਆਂ ਨੂੰ ਨਵੇਂ ਮੁਖੀ ਮਿਲੇ ਹੈ, ਇਹ ਆਪਣੇ ਆਪ ਵਿੱਚ ਇੰਪੋਰਟੈਂਟ ਫੇਰਬਦਲ ਹੈ। ਤੇ ਜੇ ਇਹਦੇ ਵਿੱਚ ਗੱਲ ਕਰੀਏ ਡੀਸੀ ਗੁਰਦਾਸਪੁਰ ਤੇ ਡੀਸੀ ਮੁਕਤਸਰ, ਗੁਰਦਾਸਪੁਰ ਜ਼ਿਲ੍ਹੇ ਵਿੱਚ ਵੀ ਇੱਕ ਬਾਈ ਇਲੈਕਸ਼ਨ ਪੈਂਡਿੰਗ ਹੈ ਤੇ ਮੁਕਤਸਰ ਜ਼ਿਲ੍ਹੇ ਵਿੱਚ ਵੀ ਇੱਕ ਬਾਈ ਇਲੈਕਸ਼ਨ ਪੈਂਡਿੰਗ ਹੈ। ਗੁਰਦਾਸਪੁਰ ਜ਼ਿਲ੍ਹੇ ਵਿੱਚ ਡੇਰਾ ਬਾਬਾ ਨਾਨਕ ਚ ਬਾਈ ਇਲੈਕਸ਼ਨ ਹੋਣੀ ਹੈ, ਭਾਵੇਂ ਉਹ ਅੱਜ ਅਨਾਊਂਸ ਹੋਵੇ ਜਾਂ ਅਗਲੇ ਦਿਨਾਂ ਵਿੱਚ ਅਨਾਊਂਸ ਹੋਵੇ। ਤੇ ਮੁਕਤਸਰ ਵਿੱਚ ਗਿੱਦੜਬਾਹਾ ਦੀ ਜਿਹੜੀ ਕਿ ਬੜੀ ਕਰੂਸ਼ੀਅਲ ਸੀਟ ਹੈ, ਉੱਥੇ ਬਾਈ ਇਲੈਕਸ਼ਨ ਹੋਣੀ ਹੈ, ਉਹ ਵੀ ਹੋ ਸਕਦਾ ਅੱਜ ਅਨਾਊਂਸ ਹੋਵੇ। ਜੇ ਅੱਜ ਅਨਾਊਂਸ ਨਹੀਂ ਹੁੰਦੀ ਤਾਂ ਆਉਣ ਵਾਲੇ ਕੁਝ ਮਹੀਨਿਆਂ ਵਿੱਚ ਅਨਾਊਂਸ ਹੋਏਗੀ। ਤਾਂ ਉਸੇ ਇਹ ਟੋਟਲ ਫਿਲਹਾਲ ਜਿਹੜਾ ਹੈ 4 ਡੀਸੀਜ਼ ਦੇ ਤਬਾਦਲੇ ਹੋਏ ਹੈ ਜਿਹੜੇ ਕਿ ਕਾਫੀ ਟਾਈਮ ਤੋਂ ਪੈਂਡਿੰਗ ਸੀਗੇ। ਜੀ ਜੀ, ਬਹੁਤ ਬਹੁਤ ਸ਼ੁਕਰੀਆ ਵਿਨੇਸ਼, ਸਾਨੂੰ ਤਮਾਮ ਜਾਣਕਾਰੀ ਦੇਣ ਲਈ। ਜਿਸ ਤਰ੍ਹਾਂ ਮੇਰੇ ਸਹਿਯੋਗੀ ਵਿਨੇਸ਼ ਦੇ ਵੱਲੋਂ ਜ਼ਿਕਰ ਕੀਤਾ ਗਿਆ ਕਿ ਅੱਜ ਉਹ ਫੇਰਬਦਲ ਸੀ, ਆ ਕਈ ਮਹੀਨਿਆਂ ਤੋਂ ਪੈਂਡਿੰਗ ਚੱਲ ਰਿਹਾ ਸੀ, ਜਿਸ ਦੇ ਚਲਕੇ ਆ ਵੱਡਾ ਫੇਰਬਦਲ ਕੀਤਾ ਗਿਆ। ਹਾਲਾਂਕਿ ਜੋ 2 ਜ਼ਿਲ੍ਹੇ ਜਿਨ੍ਹਾਂ 'ਚ ਡਿਪਟੀ ਕਮਿਸ਼ਨਰਸ ਬਦਲੇ ਗਏ ਨੇ, ਨਵੇਂ ਲਗਾਏ ਗਏ ਨੇ, ਉੱਥੇ ਬਾਏ ਇਲੈਕਸ਼ਨ ਹੋਣਾ ਹਜੇ ਬਾਕੀ ਹੈ। ਪਰ 4 ਜ਼ਿਲ੍ਹਿਆਂ ਨੂੰ, ਪੰਜਾਬ ਦੇ 4 ਜ਼ਿਲ੍ਹਿਆਂ ਨੂੰ ਨਵੇਂ ਡਿਪਟੀ ਕਮਿਸ਼ਨਰਸ ਮਿਲੇ ਨੇ। ਮਾਨਸਾ, ਮੋਗਾ, ਗੁਰਦਾਸਪੁਰ ਤੇ ਮੁਕਤਸਰ ਸਾਹਿਬ ਦੇ ਨਵੇਂ ਡਿਪਟੀ ਕਮਿਸ਼ਨਰ ਲਗਾਏ ਗਏ।